ਸ਼ਿਵ ਕੇਦਰਵੇਸ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਗੁਰਦਾਸ ਮਾਨ ਸਾਹਿਬ ਦਾ ਇੱਕ ਕਿੱਸਾ ਜੋ ਵੀ ਸਾਈਂ ਜੀ ਨੂੰ ਸੱਚੇ ਦਿਲੋਂ ਮੰਨਦੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਮੁਰੀਦ ਰਹਿੰਦੇ ਸੀ ਉਹ ਵੀ ਸਾਈਂ ਜੀ ਦੀਆਂ ਗੱਲਾਂ ਸੁਣ ਕੇ ਉਹਨਾਂ ਦੀਆਂ ਗੱਲਾਂ ਮੰਨ ਕੇ ਇੱਕ ਬਹੁਤ ਹੀ ਚੰਗੇ ਇਨਸਾਨ ਬਣ ਜਾਂਦੇ ਸੀ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਇਦਾਂ ਦਾ ਹੀ ਕਿੱਸਾ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਤੋਂ ਤੁਹਾਨੂੰ ਬੜਾ ਕੋਈ ਸਿੱਖਣ ਨੂੰ ਮਿਲੇਗਾ ਤਾਂ ਸਮਾਨ ਨਾਕਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਗੁਰਦਾਸ ਮਾਨ ਸਾਹਿਬ ਆਪਣੀ ਲਾਈਵ ਸ਼ੋਅ ਦੇ ਵਿੱਚ ਇੱਕ ਇਨਸਾਨ ਦਾ ਅਕਸਰ ਹੀ ਜ਼ਿਕਰ ਕਰਦੇ ਰਹਿੰਦੇ ਨੇ ਉਹਦਾ ਨਾਮ ਹੈ ਭੋਲਾ ਬਠਿੰਡੇ ਵਾਲਾ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਦਈਏ ਕਿ ਜੋ ਭੋਲਾ ਬਠਿੰਡੇ ਵਾਲਾ ਉਹ ਗੁਰਦਾਸਮਨ ਸਾਹਿਬ ਦਾ ਇੱਕ ਟੀਮ ਮੈਂਬਰ ਹੈ ਜੋ ਕਿ ਇੱਕ ਮਜਿਸ਼ੀਨ ਦੇ ਵਿੱਚ ਢੋਲਕੀ ਵਜਾਉਣ ਦਾ ਕੰਮ ਕਰਦਾ ਹੈ ਪਰ ਗੁਰਦਾਸਮਨ ਸਾਹਿਬ ਨੇ ਆਪਣੀ ਸਾਰੀ ਟੀਮ ਨੂੰ ਕਦੀ ਵੀ ਇਦਾਂ ਨਹੀਂ ਸਮਝਿਆ ਕਿ ਇਹ ਮੇਰੇ ਕੋਲ ਕੰਮ ਕਰਦੇ ਨੇ ਬਲਕਿ ਉਹਨਾਂ ਨੂੰ ਆਪਣੇ ਪਰਿਵਾਰ ਦਾ ਇੱਕ ਹਿੱਸਾ ਹੀ ਮੰਨਿਆ ਭੋਲਾ ਬਠਿੰਡਾ ਵਾਲਾ ਅਕਸਰ ਹੀ ਇਹਨਾਂ ਗੱਲਾਂ ਦਾ ਜ਼ਿਕਰ ਆਪਣੇ ਕਈ ਇੰਟਰਵਿਊਆਂ ਦੇ ਵਿੱਚ ਵੀ ਕਰ ਚੁੱਕੇ ਨੇ ਭੋਲਾ ਬਠਿੰਡੇ ਵਾਲਾ ਦੱਸਦਾ ਹੈ ਕਿ ਜੋ ਮਾਨ ਸਾਹਿਬ ਨੇ ਇੱਕ ਬਹੁਤ ਹੀ ਨੇਕ ਇਨਸਾਨ ਤੇ ਬਹੁਤ ਹੀ ਵੱਡੀ ਹਸਤੀ ਨੇ ਭੋਲਾ ਬਠਿੰਡੇ ਵਾਲਾ ਇਹ ਦੱਸਦਾ ਸੀ ਕਿ ਇੱਕ ਦਿਨ ਉਸ ਸਮੇਂ ਗੁਰਦਾਸਮਨ ਸਾਹਿਬ ਕੋਲ ਮਰੂਤੀ ਗੱਡੀ ਹੁੰਦੀ ਸੀ ਹਰੇ ਰੰਗ ਦੀ ਇਹ ਗੱਲ 86 ਦੀ ਹੈ ਗੁਰਦਾਸਮਨ ਸਾਹਿਬ ਉਹਦੇ ਪਟਿਆਲੇ ਰਹਿੰਦੇ ਸੀ ਭੋਲਾ ਬਠਿੰਡੇ ਵਾਲਾ ਤੇ ਮਾਨ ਸਾਹਿਬ ਦਾ ਭਤੀਜਾ ਇਹ ਦੋਨੋਂ ਕਾਰ ਦੇ ਵਿੱਚ ਪਟਿਆਲੇ ਵੱਲ ਨੂੰ ਜਾ ਰਹੇ ਸੀ ਜਦੋਂ ਪਟਿਆਲੇ ਵੱਲ ਨੂੰ ਜਾ ਰਹੇ ਸੀ ਤਾਂ ਅਚਾਨਕ ਇਹਨਾਂ ਦੋਹਾਂ ਦਾ ਐਕਸੀਡੈਂਟ ਹੋ ਗਿਆ ਕਾਰ ਦੇ ਵਿੱਚ ਅੱਗੇ ਅਚਾਨਕ ਟਰਾਲੀ ਵੱਜ ਗਈ ਤੇ ਦੋਹਾਂ ਨੂੰ ਬਹੁਤ ਹੀ ਗੰਭੀਰ ਸੱਟਾਂ ਆਈਆਂ ਸੀ। ਭੋਲੇ ਬਠਿੰਡੇ ਵਾਲੇ ਦਾ ਹੱਥ ਸੀ ਜੋ ਉਹ ਬਿਲਕੁਲ ਮੁੜ ਕੇ ਟੁੱਟ ਚੁੱਕਿਆ ਸੀ। ਦੋਹਾਂ ਨੂੰ ਚੁੱਕ ਕੇ ਹਸਪਤਾਲ ਲੈ ਗਏ। ਮਾਨ ਸਾਹਿਬ ਨੂੰ ਇਸ ਗੱਲ ਦਾ ਕੋਈ ਨਹੀਂ ਪਤਾ ਸੀ ਕਿ ਇਹ ਬਾਣਾ ਵਰਤ ਗਿਆ। ਜਦੋਂ ਅਗਲੇ ਦਿਨ ਮਾਨ ਸਾਹਿਬ ਨੂੰ ਇਹ ਗੱਲ ਦਾ ਪਤਾ ਲੱਗਿਆ ਕਿ ਭੋਲੇ ਦਾ ਐਕਸੀਡੈਂਟ ਹੋ ਗਿਆ ਤਾਂ ਮਾਨ ਸਾਹਿਬ ਨੇ ਉਦਾਂ ਹੀ ਚੱਪਲਾਂ ਦੇ ਵਿੱਚ ਉਦਾਂ ਹੀ ਸਿੰਪਲ ਕੱਪੜਿਆਂ ਦੇ ਵਿੱਚ ਉੱਠੇ ਜੋ ਵੀ ਉਸ ਟਾਈਮ ਉਹਨਾਂ ਦੇ ਪਾਇ ਸੀ ਤੇ ਆਪਣੀ ਕਾਰ ਚੋਕ ਕੇ ਹਸਪਤਾਲ ਆ ਗਏ ਜਦੋਂ ਮਾਨ ਸਾਹਿਬ ਨੇ ਹਸਪਤਾਲ ਆ ਕੇ ਦੇਖਿਆ ਤਾਂ ਉਹਨਾਂ ਨੇ ਡਾਕਟਰਾਂ ਨੇ ਕਿਹਾ ਕਿ ਇਹਨਾਂ ਦੇ ਹੱਥ ਦੀ ਸਥਿਤੀ ਬਹੁਤ ਖਰਾਬ ਹੈ ਆਪਾਂ ਨੂੰ ਹੱਥ ਕੱਟਣਾ ਪਵੇਗਾ ਤਾਂ ਮਾਨ ਸਾਹਿਬ ਕਹਿੰਦੇ ਕਿ ਨਹੀਂ ਨਹੀਂ ਹੱਥ ਨਹੀਂ ਕੱਟਣਾ ਤੁਹਾਨੂੰ ਜੋ ਵੀ ਚਾਹੀਦਾ ਜਿੰਨੇ ਵੀ ਪੈਸੇ ਚਾਹੀਦੇ ਨੇ ਮੇਰੇ ਤੋਂ ਲੈ ਲਓ ਹੱਥ ਨਹੀਂ ਕੱਟਣਾ ਇਲਾਜ ਆਪਣੇ ਹਿਸਾਬ ਦੇ ਨਾਲ ਕਰੋ ਬਾਅਦ ਦੇ ਵਿੱਚ ਡਾਕਟਰ ਕਹਿੰਦੇ ਨੇ ਕਿ ਸਾਨੂੰ ਟੀਮ ਬਾਹਰੋਂ ਮਲਾਉਣੀ ਪਵੇਗੀ ਡਾਕਟਰਾਂ ਦੀ ਮਾਨ ਸਾਹਿਬ ਕਹਿੰਦੇ ਕਿ ਬੁਲਾ ਲਓ ਜਦੋਂ ਟੀਮ ਡਾਕਟਰਾਂ ਦੀ ਬਾਹਰੋਂ ਆਈ ਤਾਂ ਉਹ ਆ ਕੇ ਕਹਿੰਦੀ ਕਿ ਹੱਥ ਨਹੀਂ ਕੱਟਦੇ ਇੱਕ ਅੰਗੂਠਾ ਕੱਟ ਦਿੰਨੇ ਆ ਮਾਨ ਸਾਹਿਬ ਨੇ ਫੇਰ ਕਿਹਾ ਕਿ ਨਹੀਂ ਨਹੀਂ ਅੰਗੂਠਾ ਵੀ ਨਹੀਂ ਕੱਟਣਾ ਬਸ ਹੱਥ ਬਚਾ ਲਓ ਤਾਂ ਉਹ ਡਾਕਟਰਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਰੇਸ਼ਨ ਕੀਤਾ ਤੇ ਹੱਥ ਬਚ ਗਿਆ ਭੋਲਾ ਬਠਿੰਡੇ ਵਾਲਾ ਦੱਸਦਾ ਹੈ ਕਿ ਅੱਜ ਤੱਕ ਮੈਨੂੰ ਵੀ ਨਹੀਂ ਪਤਾ ਕਿ ਉਦੋਂ ਕਿੰਨੇ ਪੈਸੇ ਲੱਗੇ ਸੀ ਕਿੰਨੇ ਮਾਨ ਸਾਹਿਬ ਨੇ ਪੈਸੇ ਲਾਇਏ ਸੀ ਅਜ ਤੀਕ ਕੋਈ ਗੱਲ ਦਾ ਕੋਈ ਵੀ ਜ਼ਿਕਰ ਮੇਰੇ ਅੱਗੇ ਨਹੀਂ ਹੋਇਆ ਉਸ ਤੋਂ ਬਾਅਦ ਜਦੋਂ ਮੈਂ ਘਰੇ ਵੀ ਪਿਆਰਿਆ ਤੇ ਮਾਨ ਸਾਹਿਬ ਪੈਸੇ ਫੇਰ ਘਰੇ ਵੀ ਕਲਦੇ ਰਹੇ ਨੇ ਐਦਾਂ ਕੋਈ ਨਹੀਂ ਕਰਦਾ ਭਰਾ ਭਰਾ ਦਾ ਨਹੀਂ ਕਰਦਾ ਰਿਸ਼ਤੇਦਾਰ ਨਹੀਂ ਕਰਦਾ ਪਰ ਜੋ ਸਾਈਂ ਜੀ ਦੇ ਬੱਚੇ ਨੇ ਜੋ ਆਪਣੇ ਦੋਸਤਾਂ ਪ੍ਰਤੀ ਆਪਣੇ ਮਿੱਤਰਾਂ ਪ੍ਰਤੀ ਪਿਆਰ ਰੱਖਦੇ ਨੇ ਸਾਈਂ ਜੀ ਪਿਆਰ ਵੰਡ ਕੇ ਗਏ ਉਹੀ ਪਿਆਰ ਅੱਜ ਉਹਨਾਂ ਦੇ ਬੱਚਿਆਂ ਦੇ ਵਿੱਚੋਂ ਝਲਕ ਰਿਹਾ। ਮਾਨ ਸਾਹਿਬ ਵੀ ਸਾਈਂ ਜੀ ਦੇ ਸਿਖਾਏ ਹੋਏ ਅਸੂਲਾਂ ਤੇ ਚੱਲਦੇ ਨੇ। ਇਹ ਸੀ ਅੱਜ ਦੀ ਵੀਡੀਓ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਸਾਈਂ ਗੁਲਾਮ ਸ਼ਾਹ ਜਰੂਰ ਲਿਖਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾ ਜੀ ਦੇ ਆਸ਼ਕ ਬੈਠੇ ਆ ਉਹਨਾਂ ਦੇ ਮੁਰੀਦ ਬੈਠੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ। Ananıd bot bot Tanma.